ਵੱਲੋਂ ਸਤਿ ਸ਼੍ਰੀ ਅਕਾਲ। ਆਪਾਂ ਪੜ੍ਹਦੇ ਹਾਂ ਜੀ, ਮੈਂ ਇੱਕ ਧੀ ਹਾਂ ਜਿਹੜੀ ਕਿਤਾਬ ਆ ਮੇਰੀ, ਔਰ ਇਹਦੀਆਂ 39 ਕਿਸ਼ਤਾਂ ਨੇ। ਅੱਜ ਆਪਾਂ 31ਵੀਂ ਕਿਸ਼ਤ ਪੜ੍ਹਾਂਗੇ, ਜਦੋਂ ਧੀ ਦੀ ਡੋਲੀ ਤੁਰਦੀ ਆ ਉਦੋਂ ਦੀਆਂ ਗੱਲਾਂ ਨੇ ਜੀ। ਕੀ ਲਿਖਿਆ ਇਹਦੇ ਵਿੱਚ, ਮੈਨੂੰ ਡੋਲੀ ਵਿੱਚ ਬਿਠਾ ਕੇ ਬਾਬਲ ਰੋਵਣ ਲੱਗਾ। ਮੈਨੂੰ ਡੋਲੀ ਵਿੱਚ ਬਿਠਾ ਕੇ ਬਾਬਲ ਰੋਵਣ ਲੱਗਾ, ਇਉਂ ਜਾਪੇ ਜਿਵੇਂ ਦਾਗ ਜ਼ੁਲਮ ਦੇ ਨੀਰ ਨਾ ਧੋਵਣ ਲੱਗਾ। ਮਾਂ ਮੇਰੀ ਜਦ ਅੱਖੀਆਂ ਭਰੀਆਂ, ਮੇਰੀ ਵੀ ਅੱਖ ਰੋਈ। ਸ਼ਾਇਦ ਮਾਂ ਨੂੰ ਪਤਾ ਹੀ ਸੀ ਕਿ ਉਮਰ ਕੈਦ ਹੁਣ ਹੋਈ, ਨਾ ਹੁਣ ਇਹਨੂੰ ਖੁਸ਼ੀਆਂ ਮਿਲਦੀਆਂ। ਜਾਊ ਨਾ ਪੀੜ ਲਕੋਈ, ਜੇ ਤਾਨਿਆਂ ਦੀ ਧੁੱਪ ਕੜਕ ਪਈ, ਮਿਲੂ ਨਾ ਕਿਧਰੇ ਟੋਈ। ਵੀਰ ਮੇਰੇ ਉਤਲੇ ਮਨੋਂ ਰੋਂਦੇ, ਵੀਰ ਮੇਰੇ ਉਤਲੇ ਮਨੋਂ ਰੋਂਦੇ, ਤਾਂ ਹੀ ਅੱਖੀਆਂ ਸੁੱਕੀਆਂ। ਸ਼ਾਇਦ ਇਹੋ ਹੀ ਸੋਚਦੇ ਸਾਡੀਆਂ ਸਾਂਝਾਂ ਮੁੱਕੀਆਂ। ਪਰ ਸਖੀਆਂ ਸੱਚੇ ਮਨੋਂ ਰੋਵਣ, ਪਰ ਸਖੀਆਂ ਸੱਚੇ ਮਨੋਂ ਰੋਵਣ, ਚੁੱਪ ਕਰਨ ਨਾ ਉੱਕੀਆਂ। ਵੇਖ ਇਹਨਾਂ ਨੂੰ ਮੈਂ ਵੀ ਰੋਵਾਂ, ਦੇ ਦੇ ਨੈਣੀ ਮੁੱਕੀਆਂ। ਨਹੀਂ, ਵੇਖ ਇਹਨਾਂ ਨੂੰ ਮੈਂ ਵੀ ਰੋਵਾਂ, ਨੈਣੀ ਦੇ ਦੇ ਮੁੱਕੀਆਂ। ਸੋ ਉਮੀਦ ਕਰਦਾ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੀ। ਸਤਿ ਸ਼੍ਰੀ ਅਕਾਲ।